ਕਾਦੀਆਂ ਦੇ ਮੁੱਟਰ ਰੋਕ ਵਿਖੇ ਇੱਕ ਸੜਕ ਦੁਰਘਟਨਾ ਵਿੱਚ ਇੱਕ ਨੌਜਵਾਨ ਨੇ ਮਾਰੇ ਜਾਂਦਾ ਸਮਾਚਾਰ ਪ੍ਰਾਪਤ ਹੋਇਆ ਹੈ ਮੇਰੀ ਜਾਣਕਾਰੀ ਅਨੁਸਾਰ ਵਿਵੇਕ ਸ਼ਰਮਾ ਪੁੱਤਰ ਪਵਨ ਸ਼ਰਮਾ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਘਰ ਵੱਲ ਜਾ ਰਿਹਾ ਸੀ ਕਿ ਅਚਾਨਕ ਉਸਦੇ ਮੋਟਰਸਾਈਕਲ ਦਾ ਟਾਇਰ ਫਟ ਗਿਆ ਜਿਸ ਨਾਲ ਉਹ ਅਚਾਨਕ ਸੜਕ ਤੇ ਵਿਚਕਾਰ गिर ਗਿਆ ਤੇ ਪਿੱਛੋਂ ਆਰੀ ਫੋਰਚੂਨਰ ਗੱਡੀ ਦੇ ਲਪੇਟ ਵਿੱਚ ਵਹਾ ਆ ਗਿਆ ਔਰ ਫੋਰਚੂਨ ਦੇ ਟੇਰਾ ਹੱਥੇ ਕੁਚਲਾ ਗਿਆ ਦੁਖਵਲੀ ਗੱਲ ਇਹ ਹੈ ਕਿ ਵਿਵੇਕ ਸ਼ਰਮਾ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਜਾਣ ਦੀ ਥਾਂ ਤੇ ਲੋਕ ਆਪਣੇ ਮੋਬਾਈਲ ਤੇ ਮੂਵੀ ਸ਼ੂਟ ਕਰਦੇ ਰਹੇ ਜਿਸ ਨੂੰ ਵੇਖ ਕੇ ਇਨਸਾਨੀਅਤ ਵੀ ਸ਼ਰਮਸਾਰ ਹੋ ਗਈ ਐਥੇ ਇਹ ਵੀ ਜ਼ਿਕਰਯੋਗ ਹੈ ਕਿ ਵੈਬਨ ਸ਼ਰਮਾ ਦੀ ਸੜਕ ਦੌੜਨਾਜ ਮੌਤ ਹੋ ਗਈ ਅਤੇ ਉਹਦੇ ਵਿਆਹ ਨੂੰ ਕੇਵਲ 2 ਮਹੀਨੇ ਹੀ ਹੋਏ ਸਨ ਅਤੇ ਉਸ ਦੀ ਪਤਨੀ ਦੇ ਹੱਥਾਂ ਦੀ ਹੱਲੇ ਮਹਿੰਦੀ ਵੀ ਨਹੀਂ ਸੁੱਕੀ ਸੀ ਉਧਰ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਇਹ ਐਸੇ ਬਲਕਾਰ ਸਿੰਘ ਦੀ ਵਾਜ ਪੁਲਿਸ ਪਾਰਟੀ ਮੌਕੇ ਤੇ ਪੁੱਜੀ ਅਤੇ ਲਾਸ਼ ਨੂੰ ਪੋਸਟਮਾਰਮ ਲਈ ਸਿਲੋ ਹਸਪਤਲ ਭੇਜ ਦਿੱਤਾ ਗਿਆ ਹੈ ਜਾਗਰਤੀ ਲੈਣ ਲਈ ਕਾਦਿਆਂ ਤੋਂ ਮੁਨੀਰਾ ਸਲਾਮ ਤਾਰੀ ਦੀ ਰਿਪੋਰਟ